ਜੇ ਗੈਂਗਵਾਰ ਸੀ ਤਾਂ ਕੱਲਾ ਕਿਹੜਾ ਗੈਂਗਸਟਰ ਫਿਰਦਾ? ਮੈਨੂੰ ਇਹ ਤਾਂ ਦੱਸੋ, 5-6 ਬੰਦੇ ਆ ਕੇ ਕੱਲੇ ਬੰਦੇ ਤੇ ਵਾਰ ਕਰਦੇ ਆ ਇਨ ਅ ਬਿਜ਼ੀ ਮਾਰਕੀਟ ਇਨ ਮੋਹਾਲੀ। ਪੀਸੀਆਰ ਉਹਦੇ ਚ ਦਿਖ ਰਹੀ ਹੈ, ਸੀਸੀਟੀਵੀ ਚ ਉੱਥੇ ਖੜੀ ਹੈ, 5-10 ਮਿੰਟ ਉੱਥੇ ਲਾਉਂਦੇ ਆ ਉਹ ਫਾਇਰਿੰਗ ਕਰਦੇ ਤੇ ਪੁਲਿਸ ਨਿਕਲ ਕੇ ਹੀ ਨਹੀਂ ਆਉਂਦੀ ਹੈ। ਤੇ ਪੁਲਿਸ ਕਹਿੰਦੀ ਹੈ ਕਿ ਇਹ ਜੇਲਾਂ ਚੋਂ ਡਾਇਰੈਕਟ ਕਰ ਰਹੇ, ਫਿਰ ਉਹਦੀ ਰਿਸਪੋਂਸਿਬਿਲਿਟੀ ਕੌਣ ਲਊਗਾ ਜੇ ਜੇਲਾਂ ਚੋਂ ਕ੍ਰਾਈਮ ਚੱਲ ਰਿਹਾ? ਜੇਲ੍ਹ ਡਿਪਾਰਟਮੈਂਟ, ਜੇਲ੍ਹ ਮਿਨਿਸਟਰ, ਮੁੱਖ ਮੰਤਰੀ, ਹੂ ਇਜ਼ ਰਿਸਪੋਂਸਿਬਲ? 24 ਘੰਟੇ ਕੱਲਾ ਵਿਚਾਰਾ ਫਿਰਦਾ ਸੀ, ਹਰਕ ਦੇ ਪਰਿਵਾਰ ਚ ਆਉਂਦਾ ਜਾਂਦਾ ਸੀ, ਕਿਹੜਾ ਗੈਂਗਸਟਰ ਐ ਫਿਰਦਾ? ਪ੍ਰਸ਼ਾਸਨ ਪਰਦਾ ਪਾਉਣ ਵਾਸਤੇ ਆਪਦੇ ਫੇਲੀਅਰਸ ਤੇ ਇਹਨੂੰ ਗੈਂਗਵਾਰ ਦੱਸ ਰਿਹਾ। ਇਲੈਕਸ਼ਨਾਂ ਜਿੱਤੇ ਤਾਂ ਇੱਕ ਬੰਦੇ ਦੀ ਕੰਟਰੀਬਿਊਸ਼ਨ ਹੈ, ਹਮੇਸ਼ਾ ਲੜਦੀ ਟੀਮ ਹੈ, ਬਟ ਉਸ ਟੀਮ ਦਾ ਜਰਨੈਲ ਵਿੱਕੀ ਮਿੱਟੂ ਖੇੜਾ ਸੀ, ਜਿਹਨੂੰ ਇੱਕ ਵਾਰੀ ਮਿਲ ਲਿਆ ਉਹ ਬੰਦਾ ਉਹਦਾ ਹੋ ਕੇ ਰਹਿ ਗਿਆ। ਤੁਸੀਂ ਮੈਨੂੰ ਦੱਸੋ, ਕੋਈ ਵੀ ਬੰਦਾ ਜਿਹਨੇ ਅੱਜ ਤੱਕ ਵਿੱਕੀ ਮਿੱਟੂ ਖੇੜਾ ਨੂੰ ਇੱਕ ਵਾਰੀ ਵੀ ਮਿਲਿਆ, ਉਹ ਬੰਦਾ ਉਹਨੂੰ ਭੁੱਲ ਨਹੀਂ ਸਕਦਾ। ਵਿੱਕੀ ਮਿੱਟੂ ਖੇੜਾ ਆਪਣੇ ਇਲਾਕੇ ਦੇ ਵਿੱਚ ਸਭ ਤੋਂ ਵੱਧ ਮੁਹੱਬਤ ਕੀਤੇ ਜਾਣ ਵਾਲੇ ਸ਼ਖਸ ਚੋਂ ਇੱਕ ਸੀਗਾ। ਅਕਾਲੀ ਦਲ ਵਾਸਤੇ ਇੱਕ ਪੋਲੀਟੀਕਲੀ ਕੰਮ ਕਰਨਾ ਵੱਖਰੀ ਗੱਲ ਹੈ, ਪਰ ਇਲਾਕੇ ਦੇ ਹਰ ਵਿਅਕਤੀ ਵਾਸਤੇ ਖੁਸ਼ ਮਿਜਾਜ਼ ਔਰ ਹਮੇਸ਼ਾ ਚੰਡੀਗੜ੍ਹ ਜਦੋਂ ਹੁਣ ਗੱਲ ਕਰ ਰਹੇ ਸੀ ਲੋਕਾਂ ਨਾਲ ਤਾਂ ਹਰੇਕ ਦੀ ਠਹਿਰ ਕਹਿੰਦੇ ਸਾਡੀ ਵਿੱਕੀ ਕੋਲੇ ਹੋਣੀ। ਅਕਾਲੀ ਦਲ ਯੂਥ ਵਾਸਤੇ ਇੱਕ ਮੁੱਢ ਬਣੇ ਬੰਟੀ ਰੁਮਾਣਾ ਸਾਡੇ ਨਾਲ ਨੇ, ਹਰਪ੍ਰੀਤ ਸਿੰਘ ਕੋਟ ਭਾਈ ਸਾਡੇ ਨਾਲ ਨੇ। ਰੁਮਾਣਾ ਸਾਹਿਬ, ਪਰਿਵਾਰਕ ਘੱਟ ਹੈ ਤੁਹਾਨੂੰ ਇਹ? ਬਹੁਤ ਵੱਡਾ ਜੀ, ਨਾ ਪੂਰਾ ਹੋਣ ਵਾਲਾ, ਪਰਿਵਾਰਕ ਘੱਟ ਹੈ, ਪਾਰਟੀ ਨੂੰ ਘੱਟ ਹੈ ਬੜਾ ਵੱਡਾ। ਜਜ਼ਬਾਤੀ ਤੁਸੀਂ ਬਹੁਤ ਹੋ ਰਹੇ ਸੀ ਮੈਂ ਦੇਖ ਰਿਹਾ, ਔਰ ਸਮਾਂ ਵੀ ਉਹੋ ਜਿਹਾ, ਤੁਹਾਡੇ ਬਹੁਤ ਕਲੋਜ਼ ਕਿਹਾ ਜਾਂਦਾ ਸੀ ਕਿ ਤੁਹਾਡੇ ਬਹੁਤ ਕਲੋਜ਼ ਸੀ ਵਿੱਕੀ? ਸਾਰਿਆਂ ਦੇ ਹੀ ਸੀ ਯਾਰ, ਜਿਹਨੂੰ ਇੱਕ ਵਾਰੀ ਮਿਲ ਲਿਆ ਉਹ ਬੰਦਾ ਉਹਦਾ ਹੋ ਕੇ ਰਹਿ ਗਿਆ। ਤੁਸੀਂ ਮੈਨੂੰ ਦੱਸੋ, ਕੋਈ ਵੀ ਬੰਦਾ ਜਿਹਨੇ ਅੱਜ ਤੱਕ ਵਿੱਕੀ ਮਿੱਟੂ ਖੇੜਾ ਨੂੰ ਇੱਕ ਵਾਰੀ ਵੀ ਮਿਲਿਆ, ਉਹ ਬੰਦਾ ਉਹਨੂੰ ਭੁੱਲ ਨਹੀਂ ਸਕਦਾ। ਉਹ ਸਾਡੇ ਇਲਾਕੇ ਦੇ ਤਾਂ ਛੱਡੋ, ਚੰਡੀਗੜ੍ਹ 'ਚ ਪਿਛਲੇ 10 ਸਾਲਾਂ 'ਚ ਹਜ਼ਾਰਾਂ ਨੌਜਵਾਨਾਂ ਦੇ ਪੇਰੈਂਟਸ ਦੇ ਉਹ ਇਨ ਟੱਚ ਆਇਆ, ਕਿਉਂਕਿ ਹਮੇਸ਼ਾ ਹਰੇਕ ਦੀ ਮਦਦ ਕਰਨ ਵਾਸਤੇ ਉੱਥੇ ਉਹ ਤਿਆਰ ਹੁੰਦਾ ਸੀ, ਚਾਹੇ ਅੱਧੀ ਰਾਤ ਉਹਨੂੰ ਫੋਨ ਕੋਈ ਮਾਰਦਾ ਸੀ, ਉਹਨੇ ਕਦੇ ਨਾਂਹ ਨਹੀਂ ਕੀਤੀ ਸੀ। ਅੱਜ ਸਾਰੇ ਦੁੱਖ ਮਨਾ ਰਹੇ, ਮੈਂ ਇੰਨੀ ਦੁੱਖ ਦਾ ਇਜ਼ਹਾਰ ਕਦੇ ਕਿਸੇ ਦੇ ਚਲੇ ਜਾਣ 'ਤੇ ਨਹੀਂ ਦੇਖਿਆ। ਵੱਡੇ ਤੋਂ ਵੱਡੇ ਬੰਦੇ ਦੁਨੀਆਂ ਤੋਂ ਗਏ ਆ, ਪਰ ਜਿੰਨਾ ਲੋਕ ਇਹਦਾ ਦੁੱਖ ਮਨਾ ਰਹੇ ਆ, ਮੇਰੇ ਕੋਲ ਲਫ਼ਜ਼ ਨਹੀਂ ਹੈ ਬਿਆਨ ਕਰਨ ਵਾਸਤੇ। ਜੇ ਮੈਂ ਇਹ ਗੱਲ ਜ਼ਰੂਰ ਕਹਿਣੀ ਚਾਹੂੰਗਾ ਤੁਹਾਡੇ ਕੈਮਰੇ 'ਤੇ ਕਿ ਜਿਹੜੀ ਪੰਜਾਬ ਯੂਨੀਵਰਸਿਟੀ 'ਚ ਜੇ SOI ਦੇ ਪੈਰ ਲੱਗੇ, ਜਾਂ ਮੈਂ ਕਹਾਂ SOI ਉੱਥੇ ਇਸਟੈਬਲਿਸ਼ ਹੋ ਸਕੀ, ਵੱਡੀਆਂ ਯੂਨੀਵਰਸਿਟੀਜ਼ 'ਚੋਂ ਪੰਜਾਬ ਦੀ ਰਿਪ੍ਰੈਜੈਂਟੇਟਿਵ ਯੂਨੀਵਰਸਿਟੀ ਹੈ, ਸਾਰੇ ਪੰਜਾਬ 'ਚੋਂ ਨੌਜਵਾਨ ਜਾਂਦੇ ਆ, ਇਲੈਕਸ਼ਨਾਂ ਜਿੱਤੇ ਤਾਂ ਇੱਕ ਬੰਦੇ ਦੀ ਕੰਟਰੀਬਿਊਸ਼ਨ ਹੈ, ਹਮੇਸ਼ਾ ਲੜਦੀ ਟੀਮ ਹੈ, ਬਟ ਉਸ ਟੀਮ ਦਾ ਜਰਨੈਲ ਵਿੱਕੀ ਮਿੱਟੂ ਖੇੜਾ ਸੀ, ਜਿਹਨੇ ਉਸ ਯੂਨੀਵਰਸਿਟੀ 'ਚ ਨਵੀਂ ਸਾਡੀ ਪਾਰਟੀ ਦੀ ਐਂਟਰੀ SOI ਦੀ ਪਹਿਲਾਂ ਸੋਪੂ ਸੀ ਜੁਆਇਨ ਕੀਤਾ ਅਤੇ SOI ਨੂੰ ਇਸ ਬੁਲੰਦੀਆਂ ਤੱਕ ਲੈ ਕੇ ਗਿਆ। ਉਹਦਾ ਕੰਟਰੀਬਿਊਸ਼ਨ SOI ਨੂੰ, ਯੂਥ ਅਕਾਲੀ ਦਲ ਨੂੰ ਅਤੇ ਸਾਡੀ ਪਾਰਟੀ ਨੂੰ ਕਦੇ ਭੁਲਾਇਆ ਨਹੀਂ ਜਾ ਸਕਦਾ। ਗੈਰ ਸਿਆਸੀ ਗੱਲਾਂ ਵੀ ਤੁਹਾਡੇ ਨਾਲ ਕਰ ਲੈਂਦਾ ਸੀ, ਦਿਲ ਦੀਆਂ ਗੱਲਾਂ? ਯਾਰ ਭਰਾ ਸੀ, ਆ ਸਾਰੇ ਖੜੇ ਆ, ਹਜ਼ਾਰਾਂ ਨੌਜਵਾਨ ਖੜੇ ਆ, ਤੁਸੀਂ ਦੇਖਦੇ ਹੋ ਬਿਯੋਂਡ ਪਾਰਟੀ ਲਾਈਨਸ। ਕੱਲ ਮੈਂ ਦੇਖਿਆ ਤੁਹਾਡੇ ਉੱਥੇ ਇੱਕ ਦੋ ਚੈਨਲਸ 'ਤੇ ਕਾਂਗਰਸ ਦੇ ਯੂਥ ਦੇ ਪ੍ਰਧਾਨ ਵੀ ਕਹਿ ਰਹੇ ਸੀ ਕਿ ਵਿੱਕੀ ਮਿੱਟੂ ਖੇੜਾ ਦਾ ਨਾਂ ਪੰਜਾਬ 'ਚ ਕੌਣ ਨਹੀਂ ਜਾਣਦਾ। ਠੀਕ ਹੈ, ਬਿਯੋਂਡ ਪਾਰਟੀ ਲਾਈਨਸ, ਹਰਕ ਦੀ ਮਦਦ ਕਰਨ ਵਾਸਤੇ, ਹਰਕ ਨਾਲ ਪਿਆਰ ਰੱਖਣ ਵਾਲਾ, ਬਜ਼ੁਰਗਾਂ ਨੂੰ ਸਤਿਕਾਰ ਦੇਣ ਵਾਲਾ, ਬੱਚੇ ਸਾਡੇ ਤਾਂ ਯਾਰ ਉਹਨੂੰ ਯਾਦ ਕਰਦੇ। ਸੋ ਗੱਲ ਤਾਂ ਇਹ ਹੈ ਕਿ ਇੱਕ ਬੜੀ ਪ੍ਰੋਮਿਸਿੰਗ ਲਾਈਫ ਚਲੀ ਗਈ, ਜਿਹਦੇ 'ਚ ਬੜਾ ਪੋਟੈਂਸ਼ੀਅਲ ਸੀ, ਜਿਹਨੇ ਲਾਈਫ 'ਚ ਬੜਾ ਰਾਈਜ਼ ਕਰਨਾ ਸੀ, ਇੰਨਾ ਐਨਰਜੈਟਿਕ ਮੁੰਡਾ ਮੈਂ ਆਪਦੀ ਲਾਈਫ 'ਚ ਨਹੀਂ ਦੇਖਿਆ, ਅਤੇ ਇਹਦੀ ਜ਼ਿੰਮੇਵਾਰ ਕੌਣ ਹੈ? ਵਿੱਕੀ ਦੇ ਦੋਸਤ ਹੁਣੇ ਮੇਰੇ ਨਾਲ ਗੱਲ ਕਰ ਰਹੇ ਸੀ, ਉਹ ਕਹਿ ਰਹੇ ਸੀਗੇ ਕਿ ਪ੍ਰਸ਼ਾਸਨ ਗੈਂਗਵਾਰ ਦੱਸ ਰਿਹਾ, ਇਹ ਗਲਤ ਹੈ, ਇਹ ਗੈਂਗਵਾਰ ਨਹੀਂ ਹੈ। ਦੇਖੋ, ਪ੍ਰਸ਼ਾਸਨ ਆਪਦੀ
ਨਾਕਾਮੀਆਂ ਨੂੰ ਲੁਕਾਉਣ ਵਾਸਤੇ, ਪ੍ਰਸ਼ਾਸਨ ਪਰਦਾ ਪਾਉਣ ਵਾਸਤੇ ਆਪਦੇ ਫੇਲੀਅਰਸ ਤੇ ਇਹਨੂੰ ਗੈਂਗ ਵਾਰ ਦੱਸ ਰਿਹਾ। ਇਹ ਸਿੰਪਲ ਗੱਲ ਇਹ ਹੈ ਕਿ ਇਹ ਜਿਹੜੀਆਂ ਜੇਲ੍ਹਾਂ 'ਚੋਂ ਬੈਠੀਆਂ ਗੈਂਗਸ ਓਪਰੇਟ ਕਰ ਰਹੀਆਂ, ਪੰਜਾਬ ਦੇ ਲੋਕਾਂ 'ਚ ਇੱਕ ਫੀਅਰ ਸਾਈਕੋਸਿਸ ਇੰਸਟਾਲ ਕਰਨਾ ਚਾਹੁੰਦੀਆਂ, ਲੋਕਾਂ ਦੇ ਵਿੱਚ ਡਰ ਦਾ ਮਾਹੌਲ ਪੈਦਾ ਕਰਨਾ ਚਾਹੁੰਦੀਆਂ, ਤਾਂ ਕਿ ਜਿਹਨੂੰ ਅਸੀਂ ਫੋਨ ਮਾਰੀਏ ਜੇਲ੍ਹ 'ਚੋਂ ਬੈਠਾ, ਜਿੰਨੀ ਫਰੌਤੀ ਮੰਗੀਏ ਓਨੀ ਦੇਵੇ। ਡਰ ਪੈਦਾ ਕਰਨਾ, ਤੇ ਡਰ ਕਿਵੇਂ ਪੈਦਾ ਹੋਊਗਾ? ਇਹੋ ਜਿਹੇ ਪ੍ਰੋਮਿਸਿੰਗ ਯੰਗਸਟਰਸ ਜਿਨ੍ਹਾਂ ਦਾ ਨਾਂ ਹੈ, ਜਿਹਨੂੰ ਹਰ ਇੱਕ ਬੰਦਾ ਜਾਣਦਾ, ਉਹਨਾਂ ਨੂੰ ਟਾਰਗੇਟ ਕਰਨਾ। ਤੁਸੀਂ ਮੈਨੂੰ ਦੱਸੋ, ਉਹਦੀ ਨਿਹੱਤਾ ਸੀ, ਕੱਲਾ ਸੀ? ਜੇ ਗੈਂਗ ਵਾਰ ਸੀ ਤਾਂ ਕੱਲਾ ਕਿਹੜਾ ਗੈਂਗਸਟਰ ਫਿਰਦਾ? ਮੈਨੂੰ ਇਹ ਤਾਂ ਦੱਸੋ, 5-6 ਬੰਦੇ ਆ ਕੇ ਕੱਲੇ ਬੰਦੇ ਤੇ ਵਾਰ ਕਰਦੇ ਆ ਇਨ ਅ ਬਿਜ਼ੀ ਮਾਰਕੀਟ ਇਨ ਮੋਹਾਲੀ। ਪੀਸੀਆਰ ਉਹਦੇ 'ਚ ਦਿਖ ਰਹੀ ਹੈ, ਸੀਸੀਟੀਵੀ 'ਚ ਉੱਥੇ ਖੜੀ ਹੈ, 5-10 ਮਿੰਟ ਉੱਥੇ ਲਾਉਂਦੇ ਆ ਉਹ ਫਾਇਰਿੰਗ ਕਰਦੇ, ਤੇ ਪੁਲਿਸ ਨਿਕਲ ਕੇ ਹੀ ਨਹੀਂ ਆਉਂਦੀ ਯਾਰ। ਤੇ ਪੁਲਿਸ ਕਹਿੰਦੀ ਹੈ ਕਿ ਇਹ ਜੇਲ੍ਹਾਂ 'ਚੋਂ ਡਾਇਰੈਕਟ ਕਰ ਰਹੇ, ਫਿਰ ਉਹਦੀ ਰਿਸਪੋਂਸਿਬਿਲਿਟੀ ਕੌਣ ਲਊਗਾ? ਜੇ ਜੇਲ੍ਹਾਂ 'ਚੋਂ ਕ੍ਰਾਈਮ ਚੱਲ ਰਿਹਾ, ਜੇਲ੍ਹ ਡਿਪਾਰਟਮੈਂਟ, ਜੇਲ੍ਹ ਮਿਨਿਸਟਰ, ਮੁੱਖ ਮੰਤਰੀ, ਹੂਜ਼ ਰਿਸਪੋਂਸਿਬਲ? ਅੱਜ ਪੁਲਿਸ ਇਹ ਗੱਲ ਕਹਿ ਰਹੀ ਹੈ ਕਿ ਅਸੀਂ ਬੜੀ ਛੇਤੀ ਕਾਰਵਾਈ ਕਰਕੇ ਬੰਦੇ ਫੜ ਲਾਂਗੇ, ਤੇ ਜੇ ਇਹ ਪਹਿਲਾਂ ਕੀਤਾ ਹੁੰਦਾ ਸ਼ਾਇਦ ਸਾਡਾ ਭਰਾ ਬਚ ਜਾਂਦਾ। ਅੰਮ੍ਰਿਤਸਰ ਸਾਹਿਬ ਹੋਇਆ 2-4 ਦਿਨ ਪਹਿਲਾਂ, ਉਦੋਂ ਪਹਿਲਾਂ ਫਰੀਦਕੋਟ ਗੁਰਲਾਲ ਭਲਵਾਨ ਦਾ ਕਤਲ ਹੋਇਆ, ਤੇ ਹਜੇ ਤੱਕ ਤਾਂ ਉਹ ਨਹੀਂ ਫੜੇ। ਕੰਪਲਿਸਿਟੀ ਹੈ ਪੁਲਿਸ ਦੀ, ਸਰਕਾਰ ਦੇ ਬੰਦੇ ਮਿਲੇ ਹੋਏ ਹੈ, ਫੀਅਰ ਸਾਈਕੋਸਿਸ ਕ੍ਰੀਏਟ ਕਰ ਰਹੇ। ਜੇ ਉਹਨੂੰ ਜਦੋਂ ਤੁਸੀਂ ਕਾਰਵਾਈ ਨਹੀਂ ਕਰੋਗੇ, ਬੰਦੇ ਫੜੋਗੇ ਨਹੀਂ ਬ੍ਰਦਰ, ਫਿਰ ਹੌਸਲੇ ਤਾਂ ਸੁਭਾਵਕ ਹੈ ਨਾ ਵਧਣਗੇ ਉਹਨਾਂ ਦੇ। ਐਂਡ ਸ਼ਰਮ ਦੀ ਗੱਲ ਹੈ ਕਿ ਇੱਕ ਨੌਜਵਾਨ ਚਲਾ ਗਿਆ, ਦੇਖੋ ਇੱਕ ਪਰਿਵਾਰ ਦਾ ਬੱਚਾ ਗਿਆ, ਇੱਕ ਮਾਂ ਦਾ ਪੁੱਤ ਗਿਆ, ਸਾਡੀ ਛੋਟੀ ਭੈਣ ਹੈ ਉਹਦੇ ਸਿਰ ਦਾ ਸੁਹਾਗ ਗਿਆ, ਤੇ ਪੁਲਿਸ ਤੇ ਸਰਕਾਰ ਆਪਦੀ ਨਾਕਾਮੀਆਂ ਨੂੰ ਲੁਕਾਉਣ ਵਾਸਤੇ ਇਹਨੂੰ ਗੈਂਗ ਵਾਰ ਦਾ ਨਾਂ ਦੇ ਰਹੀ ਹੈ। ਕਿਹੜਾ ਗੈਂਗਸਟਰ ਸੀ ਯਾਰ ਉਹ? 24 ਘੰਟੇ ਕੱਲਾ ਵਿਚਾਰਾ ਫਿਰਦਾ ਸੀ, ਹਰਕ ਦੇ ਪਰਿਵਾਰ ਚ ਆਉਂਦਾ ਜਾਂਦਾ ਸੀ, ਕਿਹੜਾ ਗੈਂਗਸਟਰ ਹੈ ਫਿਰਦਾ? ਇਹ ਤਾਂ ਸਰਕਾਰ ਦਾ ਅਟਰ ਫੇਲੀਅਰ ਹੈ ਜੀ। ਤੇ ਇਹ ਸਰਕਾਰ ਨੂੰ ਜਿਸ ਹਾਲਾਤ, ਜੋ ਹਾਲਾਤ ਅੱਜ ਲਾਅ ਐਂਡ ਆਰਡਰ ਦੇ ਸਰਕਾਰ ਨੇ ਬਣਾਤੇ ਹੈ, ਪੰਜਾਬ ਦੇ ਵਿੱਚ ਕੋਈ ਬਿਜ਼ਨਸਮੈਨ ਰਹਿ ਕੇ ਰਾਜੀ ਨਹੀਂ। ਤੁਸੀਂ ਮੇਰੇ ਨਾਲੋਂ ਵੱਧ ਮਿਲਦੇ ਹੋ, ਦੇਖੋ ਆਈ ਐਮ ਟਾਕਿੰਗ ਬਿਯੋਂਡ ਪੋਲਿਟਿਕਸ ਟੂਡੇ, ਲੋਕਾਂ ਨੂੰ ਮੇਰੇ ਨਾਲੋਂ ਵੱਧ ਮਿਲਦੇ ਹੋ, ਤੁਹਾਡੇ ਨਾਲ ਮੇਰੇ ਨਾਲੋਂ ਵੱਧ ਆਪਦੇ ਦਿਲ ਦੀਆਂ ਗੱਲਾਂ ਕਰਦੇ ਹੈ। ਹਰ ਇੱਕ ਬਿਜ਼ਨਸਮੈਨ ਨੂੰ ਫੋਨ ਆਉਂਦਾ ਜੇਲ੍ਹ ਚੋਂ, ਹਰ ਇੱਕ ਬਿਜ਼ਨਸਮੈਨ ਨੂੰ ਐਕਸਟੋਰਸ਼ਨ ਦੇ ਕਾਲਸ ਆਉਂਦੇ ਆ, ਕਿਸੇ ਨੂੰ ਇਹ ਡਰ ਹੈ ਕਿ ਜੇ ਇਹਨਾਂ ਨੂੰ ਪੈਸੇ ਨਾ ਦਿੱਤੇ ਕੱਲ ਨੂੰ ਮੇਰਾ ਨਿਆਣਾ ਨਾ ਚੱਕ ਕੇ ਲੈ ਜਾਣ। ਅਸੀਂ ਵੀ ਹੈ ਯਾਰ, ਹੁਣ 24 ਘੰਟੇ ਤਾਂ ਅਸੀਂ ਆ, ਸਾਡੇ ਭਰਾ ਅਸੀਂ ਸਾਰੇ ਖੜੇ ਹੈ, ਸਾਰੀ ਸਾਡੀ ਯੂਥ ਅਕਾਲੀ ਦਲ ਦੀ SOI ਦੀ ਟੀਮ ਖੜੀ ਹੈ, ਸਾਰੇ ਆਏ ਹੈ। ਅਸੀਂ ਵੀ 24 ਘੰਟੇ ਤਾਂ ਨਹੀਂ ਨਾ ਬੰਦੇ ਲੈ ਕੇ ਤੁਰੇ ਫਿਰਦੇ, ਅਸੀਂ ਵੀ ਪਰਿਵਾਰਾਂ ਵਾਲੇ ਆ, ਆਪਦੇ ਬੱਚਿਆਂ ਨਾਲ, ਪਰਿਵਾਰਾਂ ਨਾਲ ਬੰਦਾ ਸ਼ਾਮ ਬਰਾਤੇ, ਰਾਤ ਬਰਾਤੇ ਕੱਲਾ ਵੀ ਜਾਂਦਾ ਕਿਤੇ। ਹੂ ਇਜ਼ ਸੇਫ ਹੇਅਰ ਦੈਨ? ਲੈਟ ਦੈਮ ਟਾਰਗੇਟ ਐਵਰੀਬਡੀ। ਜਸਟ ਲਈ ਇਨੀਸ਼ੀਏਟ ਪਾਰਟੀ ਹੁਣ ਕਰੂਗੀ ਜੀ? ਐਬਸੋਲੂਟਲੀ ਯਾਰ, ਲਾਅ ਐਂਡ ਆਰਡਰ ਸਿਚੁਏਸ਼ਨ ਇਜ਼ ਅ ਵੈਰੀ ਬਿਗ ਕੰਸਰਨ ਇਨ ਪੰਜਾਬ। ਸਰਕਾਰ ਨੂੰ ਜ਼ਰੂਰ ਇਸ ਗੱਲ ਤੇ ਘੇਰਾਂਗੇ। ਬਟ ਇਹ ਮੈਂ ਦੇਖੋ, ਦਿਸ ਇਜ਼ ਨਾਟ ਦ ਫਸਟ ਇੰਸਟੈਂਸ ਜਿਵੇਂ ਮੈਂ ਕਿਹਾ, ਪਰ ਮੈਂ ਰੱਬ ਦੇ ਮੂਹਰੇ ਅਰਦਾਸ ਕਰਦਾ ਕਿ ਮੇਰੇ ਪ੍ਰਮਾਤਮਾ ਅਖੀਰਲਾ ਜ਼ਰੂਰ ਹੋਵੇ, ਹੋਰ ਕੋਈ ਪੰਜਾਬ ਦਾ ਨੌਜਵਾਨ ਨਾ ਜਾਵੇ। ਬਹੁਤ ਜਜ਼ਬਾਤੀ ਹੈ ਹਰਪ੍ਰੀਤ ਜੀ, ਤੁਹਾਡੇ ਇਲਾਕੇ ਵਾਸਤੇ ਵੀ ਜ਼ਾਹਰ ਜੀ ਗੱਲ ਹੈ ਕਿ ਬੜੀ ਜਜ਼ਬਾਤੀ ਪਲ ਨੇ ਤੁਹਾਡੇ ਵਾਸਤੇ ਜੀ। ਬਿਲਕੁਲ ਬਿਲਕੁਲ, ਜਿਵੇਂ ਬਾਈ ਬੰਟੀ ਜੀ ਨੇ ਵੀ ਦੱਸਿਆ, ਬਹੁਤ ਮਿਲਣਸਾਰ ਨੌਜਵਾਨ ਸੀ, ਖੁਸ਼ ਮਿਜ਼ਾਜ ਸੀਗਾ, ਯਾਰਾਂ ਦਾ ਯਾਰ ਸੀ, ਹਰੇਕ ਦੇ ਕੰਮ ਆਉਣ ਵਾਲਾ ਮੁੰਡਾ ਸੀਗਾ। ਅਤੇ ਜੇ ਯੂਨੀਵਰਸਿਟੀ ਦੀ ਗੱਲ ਚੱਲਦੀ, ਪੰਜਾਬ ਯੂਨੀਵਰਸਿਟੀ ਤਾਂ ਪਹਿਲਾਂ ਅਤੇ ਅਖੀਰਲਾ ਨਾਂ ਵਿੱਕੀ ਮਿੰਟੋ ਖੇੜੇ ਦਾ ਹੀ ਲੈਂਦੇ ਸੀ ਸਾਰੇ ਸਾਡੇ ਇਲਾਕੇ 'ਚ। ਅਤੇ ਅੱਜ ਬਹੁਤ ਵੱਡਾ ਘਾਟਾ ਪਿਆ ਜਿੱਥੇ ਯੂਥ ਅਕਾਲੀ ਦਲ ਨੂੰ ਪਿਆ, ਸੋਈ ਨੂੰ ਪਿਆ, ਸਾਡੀ ਪਾਰਟੀ ਨੂੰ, ਸਾਰੀ ਨੂੰ ਪਿਆ। ਉੱਥੇ ਪਰਿਵਾਰ ਨੂੰ ਬੜੀ ਵੱਡੀ ਸੱਟ ਵੱਜੀ ਹੈ, ਕਦੇ ਨਾ ਪੂਰਾ ਹੋਣ ਵਾਲਾ ਘਾਟਾ ਹੈ। ਅੱਜ ਉਹਦੇ ਮਦਰ ਨੂੰ, ਫਾਦਰ ਨੂੰ, ਭਰਾ ਨੂੰ, ਉਹਨਾਂ ਦੇ ਵਾਈਫ ਨੇ ਬਹੁਤ ਵੱਡੀ ਸੱਟ ਵੱਜੀ ਹੈ। ਅਤੇ ਸਰਕਾਰ ਦਾ ਟੋਟਲ ਫੇਲੀਅਰ ਹੈ। ਇੱਕ ਪ੍ਰੋਮਿਸਿੰਗ ਨੌਜਵਾਨ, ਨਿਹੱਥਾ ਨੌਜਵਾਨ ਜਿਹੜਾ ਆਪਦੇ ਕਾਰੋਬਾਰ ਕਰ ਰਿਹਾ ਸੀਗਾ ਉੱਥੇ, ਉਹਨੂੰ ਘੇਰ ਕੇ ਇਸ ਤਰ੍ਹਾਂ ਕਤਲ ਕਰਨਾ, ਇਹ ਬਹੁਤ ਮੰਦਭਾਗੀ ਘਟਨਾ, ਇਹ ਕਾਲਾ ਦੇਣਾ ਅੱਜ ਪੰਜਾਬ ਵਾਸਤੇ। ਬਹੁਤ ਧੰਨਵਾਦ ਗੱਲਬਾਤ ਕਰਨ ਵਾਸਤੇ। ਸੋ ਜਜ਼ਬਾਤੀ ਸਮਾਂ ਹੈ ਔਰ ਲੀਡਰਸ ਜਿਹੜੇ ਨੇ ਉਹਨਾਂ ਦੀਆਂ ਅੱਖਾਂ ਦੇ ਵਿੱਚ ਹੰਝੂ ਘੱਟ ਦੇਖੇ ਹੋਣੇ। ਅੱਜ ਉਹ ਸਮਾਂ ਹੈ ਜਦੋਂ ਇਹਨਾਂ ਦਾ
ਪਿਆਰਾ ਭਰਾ ਚਲਾ ਗਿਆ ਤਾਂ ਜ਼ਾਹਰ ਜੀ ਗੱਲ ਹੈ ਕਿ ਉਹ ਇਮੋਸ਼ਨਲ ਮੂਮੈਂਟਸ ਨੇ। ਕੈਮਰਾ ਪਰਸਨ ਯਾਦਵਿੰਦਰ ਦੇ ਨਾਲ ਸਿਮਰਨਜੋਤ ਸਿੰਘ ਮੱਕੜ ਔਨ ਏਅਰ ਮਿੱਡੂ ਖੇੜਾ।